ਜੇ ਤੁਸੀਂ ਆਪਣੀ ਮਾਂ ਨੂੰ ਸੱਚਾ ਪਿਆਰ ਕਰਦੇ ਆ ਤਾਂ ਆਪਣੀ ਜ਼ਿੰਦਗੀ ਦੇ 5 ਮਿੰਟ ਕੱਢ ਕੇ ਆਹ ਵੀਡੀਓ ਜ਼ਰੂਰ ਦੇਖੋ। ਆਸਟ੍ਰੇਲੀਆ ਬਹੁਤੇ ਬੱਚੇ ਨੇ ਆਸਟ੍ਰੇਲੀਆ, ਤੇ ਮੈਂ ਕਹਿੰਦਾ ਹੁੰਦਾ ਓਏ ਕਾਕਾ ਭੁੱਖੇ ਰਹਿ ਲਿਓ, ਨਾ ਰੋਟੀ ਮਿਲੇ ਬ੍ਰੈਡ ਖਾ ਲਿਓ, ਪਰ ਜਦੋਂ ਮਾਂ ਦਾ ਫੋਨ ਆਵੇ ਨਾ ਇਹ ਆਖਿਆ ਕਰੋ ਰੋਟੀ ਰੱਜ ਕੇ ਖਾ ਕੇ ਸੁੱਤਾ, ਤੂੰ ਤੇ ਔਖਾ ਹੈ ਹੀ ਹੈ, ਤੈਨੂੰ ਤੇ ਪਤਾ ਨੀ ਨੀਂਦਰ ਆ ਜਾਏਗੀ। ਜੇ ਤੂੰ ਫੋਨ ਤੇ ਕਹਿਤਾ ਨਾ ਮਾਂ ਮੈਨੂੰ ਅੱਜ ਰੋਟੀ ਨੀ ਮਿਲੀ, ਤੇ ਉਹਨੂੰ ਉੱਥੇ ਨੀਂਦਰ ਨੀ ਆਉਣੀ, ਸਾਰੀ ਰਾਤ ਰੋਏਗੀ। ਆਸਟ੍ਰੇਲੀਆ ਬੈਠਾ ਤੂੰ ਤੇ ਭਾਵੇਂ ਸੌਂ ਜਾਏ ਪਰ ਤੇਰੀ ਮਾਂ ਨੂੰ ਨੀਂਦਰ ਨੀ ਆਉਣੀ ਸਾਰੀ ਰਾਤ, ਵੀ ਮੇਰਾ ਪੁੱਤਰ ਭੁੱਖਾ ਬੈਠਾ ਉਹਨੂੰ ਰੋਟੀ ਨੀ ਮਿਲਦੀ ਬਾਹਰ, ਉਹ ਉੱਥੇ ਭੁੱਖਾ ਬੈਠਾ ਹੈ, ਤੇਰੀ ਮਾਂ ਨੂੰ ਨੀਂਦਰ ਨੀ ਆਉਣੀ। ਕਦੇ ਨਾ ਕਿਹਾ ਕਰੋ ਅਸੀਂ ਔਖੇ ਹਾਂ, ਮਾਵਾਂ ਦੇ ਦਿਲ ਬੜੇ ਪਤਲੇ ਨੇ, ਤੇ ਮਾਂ ਦਾ ਦਿਲ ਦਿਖਾਉਣ ਵਾਲਾ ਬੰਦਾ ਕਿਹੜੇ ਰੱਬ ਨੂੰ ਖੁਸ਼ ਕਰਦਾ ਫਿਰਦਾ ਹੈ, ਮਾਂ ਦੇ ਦਿਲ ਨੂੰ ਠੋਕਰ ਲਾਉਣ ਵਾਲਾ ਬੰਦਾ ਕਿਹੜੇ ਬਾਬੇ ਨੂੰ ਖੁਸ਼ ਕਰਦਾ ਫਿਰਦਾ ਹੈ। ਮਾਤਾ ਪਿਤਾ ਦੀ ਸੇਵਾ ਬੜੀ ਲਾਜ਼ਮੀ, ਸੁਣਿਓ ਤੇ ਉਦੋਂ ਹੀ ਅੱਪੜਨਗੇ ਜਦੋਂ ਸੜ ਰਹੀ ਹੋਏਗੀ ਮਾਂ, ਲਾਂਬੂ ਲੱਗਾ ਹੋਏਗਾ ਕਈ ਤੇ ਵਿਚਾਰੇ ਉਦੋਂ ਪਹੁੰਚਣਗੇ, ਮਾਂ ਮਰ ਗਈ ਹੈ ਉਦੋਂ ਆਉਣਗੇ। ਤੇ ਕਈਆਂ ਦੇ ਕਈ ਬੱਚੇ ਤੇ ਇਦਾਂ ਦੇ ਹੋਣਗੇ ਜਿਹੜੇ ਮਰੀ ਦੇ ਸੰਸਕਾਰ ਤੇ ਵੀ ਨਹੀਂ ਆ ਸਕਦੇ, ਉਹ ਤੇ ਬਸ ਕਬਰਾਂ ਦੇ ਰੁੱਖ ਹੇਠ ਜਾ ਕੇ ਵੇਖਦੇ ਨੇ, ਇੱਥੇ ਸਾੜੀ ਸੀ, ਇੱਥੇ ਮੇਰੀ ਮਾਂ ਦਾ ਸੰਸਕਾਰ ਹੋਇਆ ਸੀ, ਰੋਜੀ ਲਈ ਕੀ ਕਰਨਾ ਪੈਂਦਾ ਹੈ। ਜਾਓ ਬਾਹਰ ਜ਼ਰੂਰ ਪਰ ਠੰਡੀਆਂ ਹਵਾਵਾਂ ਹੀ ਆਉਣੀਆਂ ਚਾਹੀਦੀਆਂ ਨੇ। ਐਸੇ ਕੰਮ ਨਾ ਕਰੋ ਕਿ ਮਾਂ ਨੂੰ ਰੋਣਾ ਪਵੇ, ਬੱਚਿਆਂ ਨੂੰ ਮਾਂ ਨੂੰ ਬੁੱਢੇ ਬਾਰੇ ਨਾ ਰਵਾਇਓ, ਕੋਈ ਐਸੀ ਕਰਤੂਤ ਨਾ ਕਰਿਓ, ਕੋਈ ਉਹ ਕਰੋ। ਤੇ ਮੈਂ ਬੇਨਤੀ ਬਜ਼ੁਰਗਾਂ ਦੀ ਸੇਵਾ ਵਾਸਤੇ ਕਰਦਾ ਹੁੰਦਾ, ਜਿੱਦਣ ਜੰਮਿਆ ਘਰ ਪਹੁੰਚ ਜਾਂਦਾ ਹੈ, ਜਿੱਦਣ ਤੂੰ ਜੰਮਿਆ ਸੈ, ਆਪਾਂ ਜਿੰਨੇ ਜੰਮੇ ਆ ਕੋਈ ਹੀ ਹੋਏਗਾ ਜਿਹਦਾ ਪਿਓ ਕੋਲ ਨਾ ਹੋਵੇ, ਨਹੀਂ ਤੇ ਪਿਓ ਕੋਲ ਹੀ ਹੁੰਦਾ, ਬਾਹਰ ਬੈਠਾ ਹੁੰਦਾ ਕਿ ਕਦੋਂ ਮੇਰੇ ਘਰ ਖੁਸ਼ੀ ਆਏਗੀ, ਕਦ ਮੇਰੇ ਘਰ ਬੱਚਾ ਹੋਏਗਾ, ਘਰ ਵਾਲੀ ਮੇਰੀ ਠੀਕ ਰਵੇ, ਬੱਚਾ ਹੋਣਾ ਹੈ। ਆਪਾਂ ਜਿੱਦਣ ਵੀ ਜੰਮੇ ਆ ਸਾਰੇ ਜੰਮੇ ਆ, ਉਦਣ ਮਾਂ ਤੇ ਹੈ ਹੀ ਸੀ, ਜੰਮੇ ਹੀ ਉਹਨੇ ਆ, ਪਿਤਾ ਵੀ ਉਦਣ ਕੋਲ ਸੀ, ਐ ਆ ਅਸੀਂ ਅੱਖਾਂ ਖੋਲੀਆਂ ਨੇ, ਉਦਣ ਮਾਂ ਕੋਲ ਸੀ, ਪਿਓ ਕੋਲ ਸੀ, ਅਸੀਂ ਯਤਨ ਕਰੀਏ ਵੀ ਜਿੱਦਣ ਸਾਡੀ ਮਾਂ ਜਾਂ ਸਾਡਾ ਪਿਓ ਸਾਡੇ ਕੋਲੋਂ ਜਾਵੇ ਅਸੀਂ ਉਦੋਂ ਕੋਲ ਹੋਈਏ। ਅਸੀਂ ਅੱਖਾਂ ਖੋਲੀਆਂ ਪਿਓ ਕੋਲ ਸੀ, ਤੂੰ ਪਰਾਂ ਨਾ ਜਾਈ, ਜੇ ਤੈਨੂੰ ਪਤਾ ਲੱਗ ਜੇ ਬਾਪੂ ਬਿਮਾਰ ਹੈ ਕੋਲ ਹੀ ਬੈਠਾ ਰਹੀ, ਕੋਲ ਬੈਠਾ ਰਹੀ, ਕਿਉਂਕਿ ਜਿੱਦਣ ਤੂੰ ਜੰਮਿਆ ਅੱਖਾਂ ਖੋਲੀਆਂ ਨੇ ਉਦਣ ਕੋਲ ਹੈ ਨਾ ਪਿਓ, ਤੂੰ ਕੋਲ ਬਹਿ, ਤੇਰੀ ਮਾਂ ਦਾ ਬੁਰਾ ਹਾਲ ਵੇਖ ਉਹਨੂੰ, ਠੀਕ ਹੈ, ਧਿਆਨ ਰੱਖ ਤੇ ਗੱਲ ਸੁਣੋ। ਬੱਚਾ ਕੱਪੜਾ ਗਿੱਲਾ ਕਰ ਜਾਂਦਾ ਮਾਂ ਬਦਲਦੀ ਹੈ, ਥਾਂ ਗਿੱਲਾ ਕਰ ਦੇਵੇ ਮਾਂ ਦੂਜੇ ਥਾਂ ਤੇ ਪਾਉਂਦੀ ਹੈ, ਫਿਰ ਥਾਂ ਗਿੱਲਾ ਕਰ ਦੇਵੇ ਆਪ ਗਿੱਲੇ ਥਾਂ ਤੇ ਪੈਂਦੀ, ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ ਹੈ, ਫਿਰ ਬੱਚਾ ਗਿੱਲਾ ਥਾਂ ਕਰ ਦਿੰਦਾ ਹੈ ਤੇ ਬੱਚੇ ਨੂੰ ਮਾਂ ਆਪਣੇ ਢਿੱਡ ਤੇ ਪਾ ਲੈਂਦੀ ਹੈ, ਬੱਚਾ ਆਪ ਗਿੱਲੇ ਥਾਂ ਤੇ ਪੈਂਦੀ ਹੈ ਉਹਨੂੰ ਢਿੱਡ ਤੇ ਪਾ ਲੈਂਦੀ ਵੀ ਇਹਨੂੰ ਇਹ ਸੁੱਕੇ ਥਾਂ ਤੇ ਰਵੇ। ਮਾਂ ਗਿੱਲਿਆਂ ਥਾਵਾਂ ਤੇ ਪੈਂਦੀ ਰਹੀ ਹੈ, ਬੁੱਢੇ ਬਾਰੇ ਮਾਪਿਆਂ ਦੀਆਂ ਅੱਖਾਂ ਗਿੱਲੀਆਂ ਨਾ ਕਰੀ, ਪਹਿਲਾਂ ਤੋਂ ਅੱਖਾਂ ਗਿੱਲੀਆਂ ਤੇਰੇ ਕਰਕੇ ਤੇਰੀ ਮਾਂ ਦੀਆਂ ਅੱਖਾਂ ਚ ਪਾਣੀ ਨਹੀਂ ਆਉਣਾ ਚਾਹੀਦਾ। ਬੱਚਾ ਕੋਈ ਕੰਮ ਏਦਾਂ ਦਾ ਨਾ ਕਰੇ ਜਿਹਦੇ ਕਰਕੇ ਉਹਦੀ ਮਾਂ ਨੂੰ ਰੋਣਾ ਪਵੇ, ਉਹਦੇ ਕਈ ਗਿੱਲੇ ਥਾਂ ਤੇ ਪਾ ਪਾ ਕੇ ਪੈ ਪੈ ਕੇ ਤੈਨੂੰ ਉਹਨੇ ਪਾਲਿਆ ਹੈ। ਬੁੱਢੇ ਬਾਰੇ ਵੀ ਮਾਂ ਦੀਆਂ ਅੱਖਾਂ ਗਿੱਲੀਆਂ ਕਰੇ, ਲੱਖ ਲਾਂਤ ਤੇਰੇ ਜਿਉਣ ਦੇ, ਉਹ ਕੀ ਫਾਇਦਾ, ਮਾਂ ਨੂੰ ਫਿਰ ਵੀ ਰਵਾਵੇ, ਤੇਰੀ ਮਾਂ ਰੋਵੇ ਕਿਉਂ ਰੋਵੇ, ਉਹ ਤੇ ਪਹਿਲਾਂ ਹੀ ਵੇਖੋ ਚੂਰੀਆਂ ਕੁੱਟ ਕੁੱਟ ਕੇ ਮਾਵਾਂ ਆਪਣੇ ਬੱਚਿਆਂ ਨੂੰ ਖਵਾਉਂਦੀਆਂ ਨੇ, ਬੁੱਢੇ ਬਾਰੇ ਨਾ ਇੱਦਾਂ ਵਗਾ ਕੇ ਟੁੱਕ ਮਾਰਦੇ ਨੇ ਲੋਕ, ਬੱਚੇ ਨੂੰ ਸਿਖਾਉਂਦੀ ਹੈ, ਜਦੋਂ ਬੱਚਾ ਕਦਮ ਪੁੱਟਦਾ ਮਾਂ ਇੱਦਾਂ ਹੱਥ ਫੜ ਫੜ ਕੇ ਤੁਰਦੀ ਹੈ। ਤੇ ਮੈਂ ਵੇਖੇ ਨੇ ਜਿੱਦਣ ਮਾਂ ਨੂੰ ਦਰੰਗ ਹੋ ਜਾਏ ਨਾ, ਸਾਡੇ ਵਰਗਾ ਕੋਈ ਜਾਏਗਾ ਬਾਬਾ ਜੀ ਅਰਦਾਸ ਕਰ ਜੋ ਹੁਣ ਤੇ ਔਖੀ ਹੈ ਬੇਬੇ ਚਲੀ ਹੋਈ ਜਾਏ, ਕਿਉਂਕਿ ਹੁਣ ਸੇਵਾ ਕਰਨੀ ਪੈਣੀ, ਲੱਤ ਖਲੋ ਗਈ ਹੈ, ਮਾਂ ਦੀ ਬਾਂਹ ਖਲੋ ਗਈ ਹੈ, ਹੁਣ ਮੁਸ਼ਕ ਆਉਂਦੀ ਹੈ ਨਾ, ਹੁਣ ਰੋਟੀ ਕੋਲ ਬਹਿ ਕੇ ਨਹੀਂ ਖਾਂਦਾ ਵੀ ਮੁਸ਼ਕ ਆਉਂਦੀ ਕਮਰੇ ਚੋਂ, ਕਿਉਂਕਿ ਬੇਬੇ ਦੇ ਇੱਥੇ ਮੁਸ਼ਕ ਆਉਂਦੀ, ਕਹਿੰਦੇ ਪਰਲੇ ਕਮਰੇ ਚ ਵੜ ਜਾਓ, ਇੱਥੇ ਨਹੀਂ ਹੁਣ ਵੜਿਆ ਜਾਂਦਾ, ਉਹ ਚੂਰੀਆਂ ਕੁੱਟ ਕੁੱਟ ਖਵਾਉਂਦੀ ਰਹੀ ਹੈ। ਕਿਹੜੀ ਮਾਂ ਹੈ ਜਿਹਨੇ ਆਪਣੇ ਬੱਚੇ ਨੂੰ ਚੂਰੀਆਂ ਕੁੱਟ ਕੇ ਨਹੀਂ ਖਵਾਇਆ ਤੁਹਾਡੇ ਤੋਂ ਦੱਸੋ, ਹਰੇਕ ਦੀ ਮਾਂ ਨੇ ਕਸਰ ਤੇ ਨਹੀਂ ਛੱਡੀ, ਹਰੇਕ ਮਾਂ ਨੇ ਆਪਣੇ ਪੁੱਤਰ ਨੂੰ ਚੂਰੀਆਂ ਕੁੱਟ ਕੁੱਟ ਖਵਾਈਆਂ, ਚੇਤਾ ਕਰਕੇ ਵੇਖੋ ਪਿਆਰਿਓ। ਤੇ ਇਹ ਅਸੀਂ ਕਿਵੇਂ ਬਾਅਦ ਜਦੋਂ ਉਹਨਾਂ ਦੀ ਸੇਵਾ ਦਾ ਮੌਕਾ ਹੁੰਦਾ ਹੈ ਤੇ ਉਦੋਂ ਫਿਰ ਕੀ ਹਾਲ ਹੋ ਜਾਂਦਾ ਵੇਖਨੇ ਆਪਾਂ। ਮਰਨ ਤੋਂ ਬਾਅਦ ਪਖੰਡ ਨਾ ਕਰੋ, ਮਰਨ ਤੋਂ ਬਾਅਦ ਪਖੰਡ ਨਾ ਕਰੋ, ਜਿਉਂਦਿਆਂ ਦੀ ਸੇਵਾ ਕਰੋ, ਜਿਉਂਦਿਆਂ ਦੀ।
ਜਿੰਨੀ ਸੇਵਾ ਹੋ ਸਕਦੀ ਹੈ ਮਾਪਿਆਂ ਦੀ ਜਿਉਂਦਿਆਂ ਦੀ ਕਰੋ। ਉਹ ਮਾਪੇ ਨਹੀਂ ਮੁੜ ਕੇ ਆਉਣੇ, ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ। ਬੜੀ ਵਾਰੀ ਬੇਨਤੀ ਕੀਤੀ ਹੈ, ਇਹ ਲੰਘਿਆ ਵੇਲਾ ਫਿਰ ਮੁੜ ਕੇ ਹੱਥ ਨਹੀਂ ਆਉਂਦਾ। ਮਾਂ ਪਿਓ ਦੀਆਂ ਅਸੀਸਾਂ ਲਓ। ਮੈਂ ਕਿਹਾ ਕਹਿੰਦਾ ਹੁੰਦਾ ਬੱਚੇ ਮਾਂ ਪਿਓ ਤੋਂ ਦੂਰ ਚਲੇ ਜਾਂਦੇ ਨੇ ਨਾ, ਰੋਟੀ ਲਈ ਚਲੇ ਜਾਂਦੇ ਨੇ ਮਾਂ ਪਿਓ ਤੋਂ ਦੂਰ, ਅਮਰੀਕਾ ਚਲੇ ਗਏ, ਕੈਨੇਡਾ ਚਲੇ ਗਏ, ਮਾਂ ਨੂੰ ਛੱਡ ਗਏ, ਪਿਓ ਨੂੰ ਛੱਡ ਗਏ, ਦੂਰ ਨਿਕਲ ਗਏ। ਕਹਿੰਦੇ ਵਿਦੇਸ਼ਾਂ ਚ ਰੁਲਦੇ ਨੇ, ਰੋਜੀ ਲਈ ਰੁਲਦੇ ਨੇ। ਇਹ ਸੱਚਾਈ ਹੈ, ਮੈਂ ਵੇਖਿਆ ਬਾਹਰਲਿਆਂ ਦੇਸ਼ਾਂ ਚ ਕਈ ਬੱਚੇ ਰੁਲਦੇ ਨੇ। ਮੈਂ ਇੱਥੇ ਜਿਹੜੇ ਰਜਾਈ ਚ ਮਾਂ ਵੇਖਦੀ ਸੀ ਮੇਰੇ ਪੁੱਤਰ ਦਾ ਹੱਥ ਬਾਹਰ ਤੇ ਨਹੀਂ, ਫੁੱਟਪਾਥਾਂ ਤੇ ਸੌਂਦੇ ਨੇ ਕਈ ਵਾਰ। ਇੱਥੇ ਸੋਚਦੀ ਸੀ ਮਾਂ ਚੂਰੀਆਂ ਕੁੱਟ ਕੁੱਟ ਖਵਾਵਾਂ। ਕਈ ਵਿਚਾਰੇ ਬਹੁਤ ਕੰਮ ਕਰਦੇ ਨੇ ਬਾਹਰਲਿਆਂ ਦੇਸ਼ਾਂ ਵਿੱਚ ਰਹਿ ਕੇ। ਮੈਂ ਅਮਰੀਕਾ ਕੈਨੇਡਾ ਜਦੋਂ ਜਾਵਾਂ ਨਾ, ਆਸਟ੍ਰੇਲੀਆ, ਬਹੁਤੇ ਬੱਚੇ ਨੇ ਆਸਟ੍ਰੇਲੀਆ, ਤੇ ਮੈਂ ਕਹਿੰਦਾ ਹੁੰਦਾ ਓਏ ਕਾਕਾ